बारे भी पग का लड़ चंगी तरह सैट नहीं आया अज जी बार बार शीशे चाके कहंदी ना लड़ सैट नहीं आया लड़ सैट नहीं आया पहला उन्हूं सैट कर ला पुत पग आप ही सैट आ जू मैं समझ नहीं कुछ बंदा बन जा सुखी कल जी रिक्शे के पिछे भूडाशकी करता फिरता सी ना वह कोई फायदा नहीं अद्धे बाजार ने दसिया मैनू मोटरसाइकिल रेस नहीं चकदा टकया रहा टकया रहा जिते कुड़ी वाले ने रेस चकई ना तेरी जिंदगी भर याद रखेगा तू ओ तेरी भोली भैन का विआह आ कल नू नानके उड़ जा नाले आप दे अंदरले पूडाश के उते स्प्रे सुप्रू फेर के जाई उन्हें देना ली अनुरोगी जे करगी ओ दारू पीने आ बेबे माथा टेक दा टेकी जा करे ता कोई है नहीं बेबे हो जिंदर क्यों आया खेत वाले क्यों मंजा वेत्रा लेके जाना जी मेरी भोली भैन का विआह है हां जेलू आए तो ले जाओ आ नाले ट्राली ता लद्दी फिरदे हो इन्ने की सर्च मारोगे ओ बेबे मैं अपने आप जेलू मां मेनू कह दूं तू कह दी भी सुखी आया सी ओ ले गया जो मैं तेन एक बार कहता है नी घरे कोई है नी घरे कोई सिरे सर चढ़ा जाएगा कल कोई होर चीज भालेगा इस घर चो तू नीला जा घंट है चक दे मंजी नू हाथ ना लाई रख दे थले मैं क्या मंजे नू हाथ ना लाई की गल जी करंट मार दा तू मंजा थल्ले रख जब नानी ने कहता भी बात चाहिए तू टीट जा सिद्धा ही अंदर आवड़े ना मामा कर रहा ना मामी तू बिना पूछे मंजा किवें चक्या चलो जी हुण पूछ के चक लेने जी आहा मंजा लेके चले जी एक बिस्तरा कर दियो तू मंजा इत्थे रख जे लेके जाना ना तो आ ले जा ओ असी रिश्तेदार पौने ने जी ਅਸੀਂ ਕਿਹੜਾ ਸੇਵੀਆਂ ਵਟਕੇ ਪਾਉਣੀਆਂ ਨੇ ਨਾਲੇ ਥੋੜੇ ਹੁੰਦੇ ਆ ਮਾੜੀ ਚੀਜ਼ ਲੈ ਜਾਂਦੇ ਕਿੱਥੇ ਚੰਗੇ ਲੱਗਦੇ ਆ ਜੀ ਉਹ ਸਿਆਣੇ ਕਹਿੰਦੇ ਆ ਨੇ ਜੀ ਕੀ ਨਾਂ ਤੁਸੀਂ ਆਪਣਾ ਮੈਂ ਕੋਈ ਨਾਂ ਨਹੀਂ ਦੱਸਿਆ ਚਲੋ ਕੋਈ ਗੱਲ ਨਹੀਂ ਜੀ ਸਿਆਣੇ ਤਾਂ ਕਹਿੰਦੇ ਨੇ ਬਈ ਜਿਹੜੀ ਚੀਜ਼ ਕਿਰਾਂ ਜਾਜੇ ਨਾ ਓਹੋ ਛੱਡਣੀ ਨਹੀਂ ਚਾਹੀਦੀ ਭੁੱਲ ਜਾ ਕਾਕਾ ਹੁਣ ਤਾਂ ਦੂਣੀ ਦੇ ਪਹਾੜੇ ਵਾਂਗੂ ਯਾਦ ਰੱਖੂ ਲੈ ਕੇ ਤਾਂ ਹੀ ਜਾਊਂ ਮੇਰੀ ਭੋਲੀ ਭੈਣ ਦਾ ਵਿਆਹ ਹੈ ਜੀ ਕੋਈ ਛੋਟੀ ਮੋਟੀ ਗੱਲ ਥੋੜੀ ਆ ਤੂੰ ਭੋਲੀ ਦਾ ਭਾਈ ਆ ਭੁਪਿੰਦਰ ਤਾਂ ਮੇਰੀ ਸਹੇਲੀ ਆ ਉਹ ਤਾਂ ਕੋਈ ਭਾਈ ਨਹੀਂ ਝੂਠਾ ਜਿਹਾ ਮੈਂ ਉਹਦੀ ਭੂਆ ਦਾ ਮੁੰਡਾ ਜੀ ਕੂਮ ਕਲਾਂ ਤੋਂ ਲੁਧਿਆਣੇ ਪੜਦਾ ਓਏ ਇੰਨੀ ਯਾਰੀ ਤੇਰੀ ਪੈੜ ਨੱਪੀ ਆ ਤੂੰ ਕੁੱਦੜ ਪੁੱਗੀ ਜੀ ਇਹ ਪਛਾਣਦੀ ਹੋਈ ਨੀ ਯਾਰਾਂ ਨੂੰ ਆ ਭੂੰਡ ਆਸ਼ਿਕ ਮੇਰੇ ਪਿੱਛੇ ਹੀ ਪੈ ਗਿਆ ਹੁਣ ਵਿਆਹ ਵਿੱਚ ਵੀ ਮੱਥੇ ਲੱਗੂਗਾ ਕੁਛ ਸੋਚਿਆ ਮੇਰੇ ਬਾਰੇ ਸੋਚਣ ਦੀ ਲੋੜ ਹੀ ਨਹੀਂ ਜੀ ਤੁਸੀਂ ਘੈਂਟ ਜਿਹਾ ਬਿਸਤਰਾ ਕੱਢ ਕੇ ਲਿਆਓ ਆਪਣੇ ਅਰਗਾ ਮੈਂ ਬਿਸਤਰਾ ਨਾ ਨਾ ਜੀ ਤੁਸੀਂ ਤਾਂ ਘੈਂਟ ਹੋ ਤੂੰ ਭੋਲੀ ਦਾ ਭਾਈ ਆ ਇਸ ਕਰਕੇ ਦੇ ਦਿੰਦੀ ਆ ਨਹੀਂ ਤਾਂ ਤੇਰੇ ਵਰਗੀ ਨੂੰ ਨਾ ਮੈਂ ਆਪਣੇ ਬੂਹੇ ਨਾ ਨੰਗਣ ਦਵਾਂ ਹਾਏ ਓਏ ਕਿਹੜੇ ਟਾਈਮ ਆਇਆ ਬਿਸਤਰਾ ਲੈਣ ਆ ਫੜ ਨਾਲੇ ਸੁਣ ਆ ਮੰਜੇ ਬਿਸਤਰੇ ਤੇ ਨਾ ਕਿਸੇ ਚੱਜ ਦੇ ਪ੍ਰਾਹੁਣੇ ਨੂੰ ਪਾਈ ਸਮਝ ਗਿਆ ਮੇਰੇ ਤੋਂ ਚੱਜ ਦਾ ਪ੍ਰਾਹੁਣਾ ਕੌਣ ਸੁਖੀ ਆ ਗਿਆ ਮੇਰਾ ਯਾਰ ਇੱਥੇ ਚੱਲੀ ਜਰ ਕਿਤੇ ਮੇਲੇ ਤੇ ਮੁੰਡਾ ਤੇਰਾ ਮੈਂ ਚੱਕ ਲਊਂ ਕੈਨੇਡਾ ਚ ਮੁੰਡਾ ਮਾਜਦਾ ਤਾਂ ਭਾਂਡੇ ਹੀ ਹੋਊਗਾ ਵੈਸੇ ਇੱਕ ਗੱਲ ਜੇ ਕੈਨੇਡਾ ਵਿਆਹ ਤੇ ਭੱਜ ਸਾਡੇ ਭਾਈ ਨੇ ਵੀ ਜਾਂਦੇ ਜਾਂਦੇ ਕੈਨੇਡਾ ਦੇ ਵੇਖ ਲਈ ਉਹ ਮੈਂ ਤਾਂ ਇੰਡੀਆ ਚ ਚੰਗਾ ਸੀ
ਉੱਥੇ ਕਿਲੋ ਕਿਲੋ ਭੁੱਕੀ ਬੱਸ ਲੈ ਜਾਂਦੀ ਹੈ। ਇੱਥੇ ਦੋ ਪੁੜੀਆਂ ਜਰਦੇ ਦੀਆਂ ਸੀ, ਉਹ ਵੀ ਡਸਟਬਿਨ ਚ ਸੁੱਟਾ ਦੀਆਂ। ਤੂੰ ਪਾਇਆ ਮੂੰਹ ਡਸਟਬਿਨ ਵਰਗਾ ਕਰ ਲੈਣਾ ਸੀ ਵੀ ਪੁੜੀਆਂ ਇੱਧਰ ਸੁੱਟੋ। ਅੱਛਾ ਬਾਪੂ ਗੱਲ ਸੁਣ, ਪ੍ਰਾਹੁਣੇ ਅੰਦਰ ਖੜਨੇ ਕਿ ਵਾਪਸ ਛੱਡ ਆਵਾਂ ਯਾਰ ਮੂੰਹ ਦੇ ਮਾਸੀ ਮਾਸੜ ਕਿੱਥੇ ਆ? ਉਹ ਆਪਣਾ ਉਹ ਤਾਂ ਵਿਆਹ ਦੀਆਂ ਤਿਆਰੀਆਂ ਚ ਲੱਗਿਆ ਹੋਣਾ। ਸੋ ਜੱਜਾ ਵਿਆਹ ਦੀਆਂ ਤਿਆਰੀਆਂ ਚ ਇੱਥੇ ਕਿੱਥੇ ਕੰਮ ਤੇ ਡਾਲੇ ਛਾਪਣ ਲੱਗਿਆ ਹੋਇਆ। ਬਾਪੂ ਜੀ ਫਿਰ ਵਿਆਹ ਦੀਆਂ ਤਿਆਰੀਆਂ ਤੇ ਕਿਹਨੂੰ ਲਾਇਆ? ਉਹ ਭੈਣ ਇੱਥੇ ਬੰਦੇ ਲੱਗਦੇ ਆ। ਲੈ ਪੰਜਾਬ ਚ ਕਿਹੜਾ ਪਸ਼ੂ ਲਾਦੇ ਮਾਮਾ? ਉਹ ਸਮਝਿਆ ਕਰ ਗੱਲ ਨੂੰ ਸ਼ਦਾਈਆ, ਇੱਥੇ ਬੰਦੇ ਲਿਆਈਦੇ ਆ ਕਿਰਾਏ ਤੇ, ਤੁਹਾਂ ਬਸ ਲਾਤੇ ਲੱਤ ਰੱਖ ਕੇ ਬਹਿਣਾ ਤੇ ਕੰਮ ਸਾਰਾ ਉਹਨਾਂ ਕਰਨਾ। ਲੈ ਫਿਰ ਵਿਆਹ ਦਾ ਸਵਾਦ ਕੀ ਆਇਆ ਟੱਟੂ? ਲੈ ਵਿਆਹ ਦੇ ਸਵਾਦ ਨੂੰ ਵਿਆਹ ਦੇ ਹੁਣ ਧਨੀਆ ਪਾ ਦਈਏ ਲੈ ਦੱਸ। ਓ ਮਾਮਾ ਕਹਿਣ ਦਾ ਮਤਲਬ ਜਿੰਨੀ ਦੇਰ ਬੰਦਾ ਵਿਆਹ ਦਾ ਇੱਕ ਇੱਕ ਕੰਮ ਆਪਣੇ ਹੱਥੀ ਨਾ ਕਰੇ ਉਨੀ ਦੇਰ ਕਾਹਦਾ ਵਿਆਹ ਦੱਸੋ ਹੈ? ਓ ਮੈਂ ਤਾਂ ਆਪ ਆਪਦੇ ਹੱਥੀ ਲੱਡੂ ਬਚਣੇ ਚਾਹੁੰਦਾ ਸੀਗਾ। ਓ ਬਾਪੂ ਤੂੰ ਲੱਡੂ ਛਿੱਕੂ ਵਟਣੇ? ਤੂੰ ਤਾਂ ਸਬੂਤਾ ਲੱਡੂ ਹੱਥ 'ਚ ਵੜ ਲੈ, ਜਿੰਨੇ ਤੇਰੇ ਹੱਥ ਕੰਬਦੇ ਤੂੰ ਤੇ ਉਹਦੀ ਬੂੰਦੀ ਬਣਾ। ਮੁੰਗੀ ਮੇਰੀ ਜ਼ਿੰਦਗੀ ਨਾ ਦੋ ਬੰਬੂਆਂ ਤੇ ਖੜੀ ਆ, ਇੱਕ ਤਾਂ ਤੂੰ ਤੇ ਦੂਜਾ ਮੇਰਾ ਇੱਕ ਤਰਫਾ ਪਿਆਰ, ਵਨ ਸਾਈਡਡ ਲਵ ਸਿਮਰਨ। ਸਮਝ ਲੈ ਫਿਰ ਤੇਰੇ ਦੂਜੇ ਬੰਬੂ ਤਾਂ ਸਿਉਂਕ ਲੱਗ ਗਈ, ਚਾਰ ਕੁ ਮਹੀਨਿਆਂ ਨੂੰ ਡਿੱਗਿਆ ਲੈ, ਅਗਲੀ ਦੀ ਡਿਗਰੀ ਖਤਮ ਹੋ ਜਾਣੀ ਹੈ, ਘਰ ਦੇ ਨੇ ਉਹਦਾ ਵਿਆਹ ਕਰ ਦੇਣਾ। ਯਾਰ ਤੈਨੂੰ ਸ਼ਰਮ ਨਹੀਂ ਨਾ ਆਉਂਦੀ ਆਪਣੇ ਯਾਰ ਦੇ ਸੁਪਨੇ ਉਜਾੜ ਦੇ ਨੂੰ? ਤੇ ਤੈਨੂੰ ਸ਼ਰਮ ਨਹੀਂ ਆਉਂਦੀ ਐਡੇ ਵੱਡੇ ਸੁਪਨੇ ਦੇਖਦੇ ਨੂੰ? ਉਹ ਤੇਰਾ ਉਹਦੇ ਨਾਲ ਕੋਈ ਮੇਲ ਹੈ? ਮੈਨੂੰ ਤਾਂ ਲੱਗਦਾ ਉਹ ਕਾਂਬਲਿਆ ਫਾਜ਼ਿਲਕਾ ਦੇ ਸਰਦਾਰਾਂ ਦੀ ਧੀ ਹੈ ਤੇ ਆਪਾਂ ਅਨਾਥ, ਆਪਾਂ ਤਾਂ ਭਰਾਵਾ ਜੰਮੇ ਵੀ ਨਹੀਂ ਲੱਭੇ ਸੀ। ਅਗਲੀ ਕੋਲੇ 150 ਕਿੱਲੇ ਚ ਦਾ ਕਿੰਨੂਆਂ ਦਾ ਬਾਗ ਹੈ ਤੇ ਆਪਾਂ ਜੇ ਕਿੰਨੂਆਂ ਦੇ ਜੂਸ ਦਾ ਗਲਾਸ ਵੀ ਲੈਣਾ ਹੋਵੇ ਨਾ 150 ਵਾਰੀ ਸੋਚੀਦਾ। ਸਮਝਿਆ ਕਿ ਨਾ? ਨਾ। ਮੈਂ ਸਮਝਾਉਣਾ, ਤੈਨੂੰ ਕੀ ਲੱਗਦਾ ਮੇਰੇ ਅੱਖਾਂ ਨਹੀਂ ਜਾਂ ਮੇਰੇ ਦਿਲ ਨਹੀਂ? ਮੈਨੂੰ ਵੀ ਆ ਸਿਮਰਨ, ਜੈਸਮੀਨ, ਜੈਜਲੀਨ ਵਰਗੀਆਂ ਕੁੜੀਆਂ ਦੀਦੀਆਂ, ਪਰ ਆਪਣੇ ਨਾਂ ਦੇਖ ਭਰਾਵਾ, ਟੀਟੂ, ਮੂੰਗੀ, ਵੀਰੇ ਆਪਣੀ ਕਿਸਮਤ ਚ ਲਾਡੋ, ਰਾਣੀ, ਪੁੱਛੋ, ਗੁੱਡੋ। ਹਾਂ ਹੁਣ ਤੂੰ ਮੈਨੂੰ ਤਾਂ ਸਵੀਟਿੰਗ ਦੇਖ ਲੈ, ਸਾਡੀ ਡਿਗਰੀ ਖਤਮ ਹੋਣ ਸਰ ਅਸੀਂ ਤੁਹਾਨੂੰ ਵਿਆਹ ਕਰਾ ਲੈਣਾ। ਉਦੋਂ ਤੱਕ ਉਹਦੀ ਬਿਊਟੀ ਪਾਰਲਰ ਵਾਲੀ ਆਂਟੀ ਨੂੰ 3000 ਰੁਪਇਆ ਦੇਣ ਲੱਗ ਜੂ ਤੇ 8000 ਔਖਾ ਸੌਖਾ ਮੈਂ ਕਮਾਇਆ ਕਰੂੰ। 11000 ਰੁਪਇਆ, 11000 ਕਹਿ ਕੇ ਦੇਖ ਮੂੰਹ ਭਰਦਾ ਰਕਮ ਨਾਲ। ਮੇਰੀ ਮਨ ਤੂੰ ਵੀ ਸਵੀਟੀ ਵਰਗੀ ਕੁੜੀ ਲੱਭ ਕੇ ਨਾ ਵਿਆਹ ਕਰਾ ਲੈ। ਟੀਚਰ 10-15 ਹਜ਼ਾਰ ਰੁਪਇਆ ਮਹੀਨੇ ਦਾ ਕੁੱਟਿਆ ਕਰੋਗੇ? ਉਹ ਤੇਰਾ ਡੱਡੂ ਮਾਜਰੇ ਦੋ ਕਮਰਿਆਂ ਵਾਲਾ ਘਰ ਹੋਊ ਆਪਣਾ ਨਾ, ਕਿਰਾਏ ਦਾ, ਤੇ ਤੇਰੀ ਆਪਣੀ ਗੱਡੀ ਹੋਊ ਤੇਰੇ ਕੋਲ, ਹੋਂਡਾ ਸਿਟੀ ਨਾ ਨਹੀਂ ਨਾ, ਜ਼ਿੰਦਗੀ ਬਣ ਜੀ ਯਾਰ ਤੇਰੀ। ਹਾਂ ਆਈ ਸਮਝ? ਨਾ ਜਾ ਫਿਰ ਕਰ ਲੈ ਜੋ ਕਰਨਾ, ਫਿਰ ਆ ਜਿਹੜਾ ਤੇਰਾ ਬੰਬੂ ਜਾ ਨਾ ਜਿਹੜਾ ਟੁੱਟਿਆ, ਐਸੇ ਬੰਬੂ ਨੂੰ ਆਕੇ ਤੂੰ ਜੱਫੀਆਂ ਪਾਏਗਾ ਨਾਲੇ ਚੀਕਾਂ ਮਾਰੇਗਾ। ਫਿਰ ਤਾਂ ਮੈਨੂੰ ਲੱਗਦਾ ਤੈਨੂੰ ਲਿਫਟ ਲਿਫਟ ਕੇ ਕੱਲ ਨੂੰ ਚੀਕਾਂ ਮਾਰੂੰਗਾ। ਕਿਉਂ ਕੱਲ ਨੂੰ ਕੀ ਆ? ਕੱਲ ਨੂੰ ਵੈਲੈਂਟਾਈਨ ਡੇ ਆ, ਮੈਂ ਸਿਮਰਨ ਨੂੰ ਪ੍ਰਪੋਜ਼ ਕਰਨਾ। ਆਖੇ ਪ੍ਰਪੋਜ਼ ਕਰਨਾ, ਇਹ ਗੱਲ ਨਾ ਤੂੰ 2 ਸਾਲਾਂ ਤੋਂ ਕਹਿੰਦਾ ਆ ਰਿਹਾ, ਅੱਜ ਤੱਕ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਿਆ ਤੇਰੇ। ਕੋਈ ਗੱਲ ਨਹੀਂ, ਸਵੇਰੇ ਦੇਖੀ ਤੂੰ ਲਵਜੂ ਆਉਂਦੀ ਪੱਕਾ।